ਕਿ ਅਸੀਂ ਆਏ ਤੈਨੂੰ ਮੌਸਮ ਬਦਲਣ ਲੱਗ ਗਿਆ। ਇਹੀ ਹੈ ਕਿ ਬੱਦਲਵਾਈ ਲੈ ਆਉਂਦੀ ਨਾਲ, ਤੁਸੀਂ ਅੱਜ ਆਏ ਹੋ ਬੱਦਲਵਾਈ ਲੈ ਕੇ ਆਏ ਹੋ ਤਾਂ ਬੜੀ ਵਧੀਆ ਗੱਲ ਆ, ਅਤੇ ਇੱਦਾਂ ਹੀ ਬਸ ਝੜੀਆਂ ਲੱਗਦੀਆਂ ਰਹਿਣ ਆਉਣ ਵਾਲੇ ਸਮੇਂ 'ਚ, ਕਿਉਂਕਿ ਝੋਨਾ ਵੀ ਲੱਗਣਾ ਸ਼ੁਰੂ ਹੋ ਜਾਣਾ ਹੁਣ, ਬਿਲਕੁਲ, ਅਤੇ ਝੜੀਆਂ ਵੀ ਲੱਗਣੀਆਂ ਸ਼ੁਰੂ ਹੋ ਜਾਣਾ। ਪਰ ਮੌਸਮ ਵਿਭਾਗ ਤਾਂ ਡਰਾਈ ਜਾਂਦਾ। ਹਾਂ, ਮੌਸਮ ਨੇ ਤਾਂ ਦੇਖੋ ਐਤਕੀ ਸਮਝੋ ਬਾਹਰ ਆ ਮੇਰੀ, ਅੱਜ ਇੰਗਲੈਂਡ 'ਚ ਗੱਲ ਹੋ ਰਹੀ ਸੀਗੀ, ਉਹ ਕਹਿੰਦੇ ਵੀ ਸ਼ਾਇਦ ਰੱਬ ਨੂੰ ਚੇਤਾ ਭੁੱਲ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਸਾਡੇ ਤਾਂ ਮੁੜ ਸਿਆਲ ਲਿਆਂਦਾ, ਅਸੀਂ ਤਾਂ ਫਿਰ ਜੈਕਟਾਂ ਕੱਢੀ ਬੈਠੇ। ਹਾਲ ਸਾਰੀ ਦੁਨੀਆ 'ਚ ਹੀ ਇਹੋ ਜਿਹਾ ਆਈ ਆ ਕਿ ਜਿੱਦਾਂ ਲਾ ਲਓ ਕਿ ਆਪਾਂ ਅੱਗੇ ਵੇਂਹਦੇ ਹਾਂ ਕਿ ਲੋਅ ਦੇ ਕੁਛ ਦਿਨ ਜਿਹੜੇ ਹੋਏ ਉਹ ਨਿਕਲੇ ਬਸ ਠੀਕ ਠਾਕ ਆ, ਹੁਣ ਤਾਂ ਪਤਾ ਹੀ ਨਹੀਂ ਲੱਗਦਾ। ਪਿਛਲੇ ਸਾਲ ਮਈ ਜੂਨ ਉੱਦਾਂ ਹੀ ਨਿਕਲ ਗਏ, ਅਪ੍ਰੈਲ ਮਈ ਜੂਨ, ਬਿਲਕੁਲ। ਐਤਕੀ ਤਸੱਲੀ ਕਰਵਾਈ ਜਾਂਦਾ, ਤਸੱਲੀ ਕਰਵਾਈ ਜਾਂਦਾ, ਤਾਂ ਹੁਣ ਫਿਰ ਇਹਨਾਂ ਨੇ ਸ਼ਾਇਦ ਔਰੇਂਜ ਅਲਰਟ ਵੀ ਯੈਲੋ ਅਲਰਟ ਵੀ ਜਿਹੜਾ ਐਲਾਨਿਆ ਕਿ 3-4 ਦਿਨ ਲੋ ਫਿਰ ਚੱਲੂਗੀ। ਇਹਦਾ ਮਤਲਬ ਕਿ ਲੋ ਦੇ ਦਿਨ ਵੱਧ ਰਹੇ ਆ। ਵੈਸੇ ਵੀ ਇੱਕ ਰਿਪੋਰਟ ਆਈ ਆ ਕਿ ਜਿਹੜਾ ਧਰਤੀ ਦਾ ਟੈਂਪਰੇਚਰ ਆ ਉਹ ਮਈ ਦਾ ਮਹੀਨਾ ਉਹਨਾਂ ਨੇ ਗਿਣਿਆ ਕਿ ਹੁਣ ਤੱਕ ਦਾ ਜਦੋਂ ਤੋਂ ਟੈਂਪਰੇਚਰ ਰਿਕਾਰਡ ਹੋਣ ਲੱਗਾ ਵਾ ਹੁਣ ਤੱਕ ਦਾ, ਕਹਿੰਦੇ ਕਿ ਸਭ ਤੋਂ ਜ਼ਿਆਦਾ ਗਰਮ ਮਹੀਨਾ ਰਿਹਾ 90 ਤੋਂ ਲੈ ਕੇ ਹੁਣ ਤੱਕ, ਅੰਕੜਾ ਦਿੱਤਾ ਜਾਂ 1800 ਤੋਂ ਲੈ ਕੇ ਫਿਰ ਦਿੱਤਾ ਤੁਲਨਾਤਮਕ ਤੌਰ 'ਤੇ, ਕਿ ਮਈ ਦਾ ਮਹੀਨਾ ਜਿਹੜਾ ਆ 2024 ਵਾਲਾ, ਬਿਲਕੁਲ ਇੱਦਾਂ ਕਹਿ ਲਓ ਕਿ ਧਰਤੀ ਨੂੰ ਤਾਪ ਚੜਿਆ ਪਿਆ। ਨਹੀਂ, ਘਰੇ ਅਸੀਂ ਲੱਗ ਗਏ ਸੀ ਵੱਲਾਂ ਦੀਆਂ ਅਤੇ ਬੂਟੇ ਉਹ ਸਾਰੇ ਮੱਚ ਗਏ ਨਾ, ਰੋਜ਼ ਸ਼ਾਮ ਨੂੰ ਪਾਣੀ ਪਾਉਂਦੇ ਸੀ। ਸਾਡੇ ਮਿੱਤਰ ਆ ਸੁਖਚੈਨ ਸਿੰਘ ਗੁਰਨਾ, ਉਹ ਮੌਸਮ ਮਾਹਰ ਨੇ, ਅਤੇ ਉਹ ਜਾਣਕਾਰੀ ਦੇ ਰਹੇ ਸੀਗੇ। ਤਾਂ ਇਹਦਾ ਮਤਲਬ ਤਾਂ ਇਹੋ ਹੀ ਆ ਨਾ ਕਿ ਹਰੇਕ ਥਾਂ 'ਤੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਜੇ ਤੁਸੀਂ ਰਹਿੰਦੇ ਹੋ ਤਾਂ ਜੋ ਗਲੋਬਲ ਵਾਰਮਿੰਗ ਹੈ ਜਾਂ ਕਲਾਈਮੇਟ ਚੇਂਜ, ਉਹ ਸਾਰੀਆਂ ਚੀਜ਼ਾਂ ਦਾ ਅਸਰ ਤਾਂ ਹੈਗਾ ਹੀ ਆ, ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ, ਜਾਂ ਤਾਂ ਠੰਡ ਵੱਧ ਜਾਊਗੀ ਜਾਂ ਗਰਮੀ ਜਾਂ ਬਾਰਿਸ਼ ਵੱਧ ਜਾਊਗੀ ਜਾਂ ਸੋਕਾ ਵੱਧ ਜਾਊਗਾ, ਸਮਝ ਤੋਂ ਬਾਹਰ ਹੋਏਗੀ ਆ।